ਤਾਂ ਦੱਸ ਦੇ ਕਿ ਵੱਡਾ ਹਾਦਸਾ ਵਾਪਰਿਆ ਜਿੱਥੇ ਤਿੰਨ ਸਕੂਲੀ ਬੱਸਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ, ਜਿਸ ਦੇ ਵਿੱਚ ਸਕੂਲੀ ਬੱਚੇ ਵੀ ਸਵਾਰ ਹੁੰਦੇ ਨੇ। ਮਿਲੀ ਜਾਣਕਾਰੀ ਮੁਤਾਬਿਕ ਪ੍ਰਾਈਵੇਟ ਸਕੂਲਾਂ ਦੀ ਬੱਸ ਨੇ ਓਵਰਟੇਕ ਕਰ ਰਹੀ ਇੱਕ ਗੱਡੀ ਨੂੰ ਬਚਾਉਣ ਦੇ ਲਈ ਜਦੋਂ ਬ੍ਰੇਕ ਲਗਾਈ ਤਾਂ ਪਿੱਛੋਂ ਆ ਰਹੀਆਂ ਸਕੂਲ ਬੱਸਾਂ ਆਪਸ ਦੇ ਵਿੱਚ ਟੱਕਰਾ ਜਾਂਦੀਆਂ ਨੇ, ਜਿਸ ਦੇ ਵਿੱਚ ਕਈ ਬੱਚੇ ਵੀ ਸਵਾਰ ਹੁੰਦੇ ਨੇ। ਤਾਂ ਦੱਸ ਦੇ ਕਿ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਹੋਣ ਤੋਂ ਬਾਅਦ ਬੱਸਾਂ ਦੇ ਵਿੱਚ ਸਕੂਲੀ ਵਿਦਿਆਰਥੀ ਸਵਾਰ ਸੀ ਅਤੇ ਆਪਣੇ ਘਰ ਜਾ ਰਹੇ ਸੀ, ਤੇ ਜਦੋਂ ਇਹ ਪਿੰਡ ਬੇਹਲੋ ਕੋਲ ਪਹੁੰਚਦੇ ਨੇ ਤਾਂ ਵੱਡਾ ਹਾਦਸਾ ਵਾਪਰ ਜਾਂਦਾ, ਜਿਸ ਤੋਂ ਬਾਅਦ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚ ਜਾਂਦੀ ਹੈ ਤੇ ਉਹਨਾਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਇਆ ਜਾਂਦਾ, ਕਿਉਂਕਿ ਕੁਝ ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਸੀ, ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਮੁੱਢਲੀ ਸਹਾਇਤਾ ਵੀ ਇਹਨਾਂ ਨੂੰ ਦਿੱਤੀ ਗਈ। ਤਾਂ ਦੱਸ ਦਈਏ ਕਿ ਇਸ ਦੌਰਾਨ ਇੱਕ ਬੱਚੇ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਦੇ ਚੱਲਦੇ ਉਸਨੂੰ ਰੈਫਰ ਵੀ ਕਰ ਦਿੱਤਾ ਗਿਆ। ਤਾਂ ਵੱਡਾ ਹਾਦਸਾ ਹੋਇਆ, ਇਹ ਤਿੰਨ ਸਕੂਲੀ ਬੱਸਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ, ਜਿੱਥੇ ਇੱਕ ਕਾਰ ਸਾਹਮਣੇ ਜਾ ਰਹੀ ਹੁੰਦੀ ਹੈ ਤਾਂ ਉਸਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਡਰਾਈਵਰ ਹੈ ਜਿਹੜੀ ਬੱਸ ਦੀ ਬ੍ਰੇਕ ਲਗਾ ਦਿੰਦਾ ਹੈ ਤੇ ਪਿੱਛੋਂ ਆ ਰਹੀਆਂ ਬੱਸਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ, ਜਿਸ ਕਾਰਨ ਕਈ ਬੱਚਿਆਂ ਦੇ ਮਾਮੂਲੀ ਸੱਟਾਂ ਵੀ ਲੱਗਦੀਆਂ ਨੇ, ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ। ਮੇਰਾ ਨਾਮ ਪ੍ਰਦੀਪ ਸਿੰਘ ਹੈ। ਮੋਹਰੇ ਕੁਛ ਚੱਲਦਾ ਪਿਆ ਤਾ ਜੀ, ਇੱਕੋ ਦਮ ਬੱਸ ਰੁਕੀ, ਉਹਦੇ ਬਾਅਦ ਇੱਕ ਹੋਰ ਬੱਸ ਰੁਕੀ, ਉਹਦੇ ਬਾਅਦ ਪਿੱਛੇ ਵਾਲੀ ਬੱਸ ਆ ਕੇ ਵੱਜੀ ਵਿੱਚ। ਅੱਜ ਜੀ ਇੱਥੇ ਨੰਗਲ ਅਨੰਦਪੁਰ ਸਾਹਿਬ ਰੋਡ ਦੇ ਉੱਪਰ ਇੱਕ ਦੁਰਘਟਨਾ ਹੋਈ ਹੈ। ਸੇਂਟ ਮੇਰੀ ਸਕੂਲ ਦੀ ਦੋ ਬੱਸਿਸ ਸੀ ਅਤੇ ਬਾਬਾ ਸੇਵਾ ਸਿੰਘ ਜੀ ਸਕੂਲ ਦੀ ਇੱਕ ਬੱਸ ਸੀ। ਇਹਨਾਂ ਦੀ ਆਪਸ 'ਚ ਜਾਂਦੇ ਜਾਂਦੇ ਬ੍ਰੇਕ ਲੱਗਣ ਦੇ ਕਾਰਨ ਇੱਕ ਦੂਸਰੇ ਦੇ ਵਿੱਚ ਕੋਲਾਈਡ ਕੀਤੀਆਂ ਨੇ, ਪਰ ਸ਼ੁਕਰ ਦੀ ਗੱਲ ਇਹ ਕਿ ਕੋਈ ਜਾਨੀ ਨੁਕਸਾਨ ਜੋ ਹੈ ਜ਼ਿਆਦਾ ਗੰਭੀਰ ਰੂਪ 'ਚ ਕੁਛ ਵੀ ਨਹੀਂ ਰਿਪੋਰਟ ਹੋਇਆ ਫਿਲਹਾਲ। ਸੋ ਇੱਥੇ ਪੁਲਿਸ ਦੀ ਟੀਮ, ਹੈਲਥ ਦੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹੁੰਚੇ ਹੋਏ ਨੇ ਆਫਿਸਰਸ, ਐਂਡ ਵੀ ਆਰ ਔਨ ਟੋਪ ਆਫ ਇਟ। ਡੀਪਲੀ ਇਨਵੈਸਟੀਗੇਟ ਕੀਤਾ ਜਾਊਗਾ, ਕਿਉਂਕਿ ਸੈਂਸਿਟਿਵ ਬੱਚੇ ਸੀਗੇ, ਇਹਦੇ ਵਿੱਚ ਬਿਲਕੁਲ ਜੀ। ਇੱਕ ਵਾਰੀ ਪ੍ਰੀਲੀਮਿਨਰੀਜ਼ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ, ਜੇ ਕੋਈ ਇਸ ਦੇ ਪਿੱਛੇ ਅਜਿਹੇ ਕਾਰਨ ਹੋਏ ਜਿਨ੍ਹਾਂ ਨੂੰ ਅਵੋਇਡ ਕੀਤਾ ਜਾ ਸਕਦਾ, ਜ਼ਰੂਰ ਉਸ 'ਤੇ ਕਾਰਵਾਈ ਕੀਤੀ ਜਾਏਗੀ। ਕਨਫਰਮ ਹੋ ਗਿਆ ਕਿੰਨੇ ਬੱਚੇ ਸਵਾਰ ਸੀਗੇ ਬੱਸ ਦੇ ਵਿੱਚ? ਵੀ ਆਰ ਸਟਿਲ ਟੂ ਗੈਟ ਦ ਨੰਬਰਸ, ਵੀ ਡੋਂਟ ਹੈਵ ਦ ਨੰਬਰਸ ਯੈਟ। ਇੱਕ ਕਾਰਵਾਈ ਹੋਊਗੀ? ਦੇਖੋ ਜੀ, ਕਾਰਵਾਈ ਵਾਹਨਾਂ 'ਤੇ ਜੋ ਹੈ ਕੰਟੀਨਿਊਸ ਰੂਪ 'ਤੇ ਚੱਲਦੀ ਰਹਿੰਦੀ ਹੈ। ਸੋ SDMs ਵੱਲੋਂ ਰੈਗੂਲਰ ਚੈਕਿੰਗਸ ਅਤੇ ਈਵਨ ਟਰਾਂਸਪੋਰਟ ਆਫਿਸ ਅਤੇ ਟ੍ਰੈਫਿਕ ਪੁਲਿਸ ਵੱਲੋਂ ਵੀ ਕੰਟੀਨਿਊਸ ਚੈਕਿੰਗਸ ਇਹਦੀਆਂ ਚੱਲ ਰਹੀਆਂ ਨੇ ਅਤੇ ਹੋਰ ਜ਼ੋਰ ਸ਼ੋਰ ਦੇ ਨਾਲ ਹੀ ਚੱਲਣਗੀਆਂ। ਇਹਦੀ ਦੋ ਸੇਂਟ ਮੇਰੀ ਸਕੂਲ ਦੀਆਂ ਬੱਸਿਸ ਹੈਗੀਆਂ ਅਤੇ ਇੱਕ ਬਾਬਾ ਸੇਵਾ ਸਿੰਘ ਖਾਲਸਾ ਸਕੂਲ ਛੁੱਟੀ ਹੋਈ ਅਤੇ ਬੱਚਿਆਂ ਨੂੰ ਜਦੋਂ ਲੈ ਕੇ ਜਾ ਰਹੇ ਸੀ, ਅੱਗੋਂ ਸਡਨ ਕਿਸੇ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਅਤੇ ਉਹਦੇ ਕਰਕੇ ਗੱਡੀਆਂ ਆਪਸ 'ਚ ਵੱਜੀਆਂ ਹੈਗੀਆਂ। ਅਸੀਂ ਬਿਲਕੁਲ ਟਾਈਮਲੀ ਮੌਕੇ 'ਤੇ ਆ ਗਏ ਸੀਗੇ, ਐਂਬੂਲੈਂਸਿਸ ਵੀ ਆ ਗਏ, ਸਾਰਾ ਪ੍ਰਸ਼ਾਸਨ ਉਸੀ ਵੇਲੇ ਹਰਕਤ 'ਚ ਆ ਗਿਆ ਸੀਗਾ। ਐਸ ਸੱਚ ਕੋਈ ਬੱਚੇ ਦੇ ਕੋਈ ਮੇਜਰ ਇੰਜਰੀ ਨਹੀਂ ਹੈਗੀ, ਬਿਲਕੁਲ ਸਭ ਸੇਫ ਹੈਗੇ ਔਰ ਬੱਚੇ ਜਿਹੜੇ ਠੀਕ ਹੈਗੇ। ਉਹਦੇ ਪੇਰੈਂਟਸ ਆ ਰਹੇ ਆ, ਉਹ ਟਾਈਮਲੀ ਉਹਨਾਂ ਨੂੰ ਜੇ ਕਿਸੇ ਨੂੰ ਹੋਸਪਿਟਲ ਜਾਣ ਦੀ ਲੋੜ ਹੈਗੀ ਉੱਥੇ ਭੇਜ ਰਹੇ ਹੈਗੇ ਆ, ਅਤੇ ਐਸ ਸੱਚ ਕੋਈ ਸੀਰੀਅਸ ਨਹੀਂ ਰਿਪੋਰਟਡ ਹੈਗਾ ਹਾਲੇ ਸਾਨੂੰ ਕੁਛ ਵੀ। ਬਾਕੀ ਦੇਖਦੇ ਹਾਂ ਜੀ, ਉਹ ਜਿਹੜਾ ਹੈਗੀ ਬਣਦੀ ਕਾਰਵਾਈ ਕਰਾਂਗੇ ਜੀ। ਅਸੀਂ ਕੀ ਕਰੇਗੀ? ਨਹੀਂ ਉਹ ਚੈੱਕ ਕਰ ਦਾਂਗੇ ਜੀ, ਇਹ ਤਾਂ ਆਪਾਂ ਹਾਲੇ ਪਹੁੰਚੇ ਹੀ ਹਾਂ ਇੱਥੇ, ਇਹ ਤਾਂ ਹੁਣ ਦੇਖ ਲੈਂਦੇ ਜੀ, ਜਿੱਥੇ ਵੀ ਕੋਈ ਕਮੀ ਪੇਸ਼ੀ ਪਾਈ ਜਾਊਗੀ ਜੀ ਉਹ ਸਖਤ ਐਕਸ਼ਨ ਲਵਾਂਗੇ ਜੀ। ਬਿਲਕੁਲ ਸਿੰਘ ਜੀ, ਮੈਂ ਪ੍ਰਿੰਸੀਪਲ ਸੰਤ ਬਾਬਾ ਸੇਵਾ ਸਿੰਘ ਖਾਲਸਾ ਮਾਡਲ ਸਕੂਲ ਚਿੰਤਪੁਰਨੀ ਜੀ। ਇਹ ਸਰ ਜੀ ਕੋਈ ਗੱਡੀਆਂ ਜਿਹੜੀਆਂ ਕੋਈ ਟਾਈਮ ਨਿਕਲੀਆਂ ਕੋਈ ਸਮੇਂ 'ਤੇ ਮੂਹਰੇ ਦੂਜੇ ਸਕੂਲ ਦੀਆਂ ਗੱਡੀਆਂ ਸੀਗੀਆਂ, ਉਹਨਾਂ ਦੇ ਮੂਹਰੇ ਕੋਈ ਆਇਆ ਜਾਂ ਨਹੀਂ ਆਇਆ ਹੈਗਾ ਅਤੇ ਉਹਨੇ ਬ੍ਰੇਕਾਂ ਮਾਰੀਆਂ, ਦੋ ਗੱਡੀਆਂ ਉਸ ਵਿੱਚ ਬਣੀਆਂ, ਮਗਰ ਸਾਡੀ ਗੱਡੀ ਵੀ ਲੱਗੀ ਹੈਗੀ ਆ, ਅਤੇ ਬਸ ਉਹ ਅਚਨਚੇਤ ਫਿਰ ਬ੍ਰੇਕ ਉੱਚੀ ਲੱਗੀ ਹੋਣੀ ਉਹਨਾਂ 'ਤੇ, ਨਾਲ ਲੋਕ ਉੱਪਰ ਆ ਗਏ ਹੋਣੇ ਜੋ ਵੀ ਹੋਇਆ ਹੋਣਾ। ਸਾਡੇ ਬੱਸ ਵਿੱਚ ਤਾਂ ਕੋਈ 40-50 ਬੱਚੇ ਹੁੰਦੇ ਆ ਜੀ, ਠੀਕ ਹੈ ਜੀ, ਬਸ ਸਾਰੇ ਸੇਫ ਆ, ਉੱਧਰ ਵੀ ਸੇਫ ਆ ਜੀ। ਇੱਕ ਬੱਚੇ 'ਤੇ ਸੱਟ ਲੱਗੀ ਹੋਈ ਉਹਨਾਂ ਦੇ, ਥੋੜ੍ਹੀ ਜਿਹੀ ਬਲੀਡਿੰਗ ਹੋ ਰਹੀ ਸੀ, ਆਈ ਥਿੰਕ ਉਹਨੂੰ ਹੋਸਪਿਟਲ ਲੈ ਗਏ ਨੇ। ਇੱਕ ਪੱਟੀ ਸਾਡੀ ਦੇ ਹੈਂਡ 'ਤੇ ਲੱਗਿਆ ਸੀਗਾ ਜੀ।
ਉਹ ਵੀ ਸੇਫ ਹੈ। ਠੀਕ ਹੈ ਸਰ। ਹਾਂਜੀ ਹਾਂਜੀ। ਪਰ ਬਾਕੀ ਪੇਰੈਂਟਸ ਨੂੰ ਫੋਨ ਕਰਤਾ ਵੀ ਅਸੀਂ ਜਦੇ ਆ ਗਏ ਸਾਡਾ ਸਾਰਾ ਸਟਾਫ ਮੇਰਾ, ਮੈਡਮ ਸਾਡੀ ਸਾਰੀ ਹੋ ਰਹੇ ਨੇ, ਡਰਾਈਵਰ ਸਾਡੇ, ਕੰਡਕਟਰ ਸਾਰੇ ਸੀਗੇ ਨਾ ਜੀ, ਮੈਂ ਪ੍ਰਿੰਸੀਪਲ ਹੈਗਾ ਜੀ, ਉਰੇ ਆ ਸਾਰੇ ਸਾਰੇ ਠੀਕ ਹੈ। ਹਾਂ ਉਹ ਸਾਰੇ ਠੀਕ ਹੈ, ਡੀਓ ਸਾਹਿਬ ਸਾਰੇ ਠੀਕ ਹੈ, ਇਹ ਸਾਡੇ ਹਾਂ ਬਚਾਅ ਹੋ ਗਿਆ, ਇਹ ਸਾਡੇ ਡਿਪਟੀ ਡੀਓ ਸਾਹਿਬ ਵੀ ਹੈਗੇ ਨਾਲ ਸਾਡੇ, ਮਤਲਬ ਮੈਨੂੰ ਪਤਾ ਲੱਗਿਆ ਮੈਂ। ਹਾਂ ਬਹੁਤ ਬਹੁਤ ਠੀਕ ਹੈ ਜੀ, ਬਹੁਤ ਧੰਨਵਾਦ। ਸੁਰਿੰਦਰਪਾਲ ਸਿੰਘ, ਡਿਪਟੀ ਡੀਓ ਸਕੈਂਡਰੀ ਐਜੂਕੇਸ਼ਨ ਰੋਪੜ ਜੇ। ਸਰ ਕੀ ਇੱਥੇ ਕੀ ਗੱਲਬਾਤ ਹੋਈ ਹੈ? ਮੈਨੂੰ ਹੁਣੇ ਪਤਾ ਲੱਗਿਆ ਸੀ ਕਿ ਅੱਗੇ ਐਕਸੀਡੈਂਟ ਹੋਇਆ, ਅਤੇ ਮੈਂ ਬਾਈ ਦੀ ਵਜ੍ਹਾ ਇੱਧਰੋਂ ਹੀ ਆ ਰਿਹਾ ਸੀ ਨੰਗਲ ਤੋਂ, ਕਿਸੇ ਕੰਮ ਗਿਆ ਹੋਇਆ ਸੀ ਸਕੂਲ ਦੇ ਵਿੱਚ, ਅਤੇ ਮੈਂ ਆ ਕੇ ਰੁਕਿਆ ਅਤੇ ਪਤਾ ਕੀਤਾ ਪ੍ਰਿੰਸੀਪਲ ਸਾਹਿਬ ਤੋਂ, ਅਤੇ ਮੈਨੂੰ ਇੱਥੇ ਸਟੈਸ਼ਨ ਜੀ ਦਾ ਵੀ ਇਹੀ ਦੱਸਿਆ ਕਿ ਸਾਰੇ ਬੱਚੇ ਠੀਕ ਠਾਕ ਆ, ਅਤੇ ਬੱਸਾਂ ਦਾ ਜ਼ਰੂਰ ਨੁਕਸਾਨ ਹੋਇਆ। ਬਾਕੀ ਇਹਦੇ ਬਾਰੇ 'ਚ ਬਾਅਦ ਦੇ ਵਿੱਚ ਆਪਾਂ ਪ੍ਰੋਪਰ ਜਾਂਚ ਕਰਾਵਾਂਗੇ ਕਿ ਕੀ ਕਾਰਨ ਸੀ, ਕਿਉਂ ਐਸਾ ਘਟਨਾ ਵਾਪਰੀ, ਅਤੇ ਇਹਦੀ ਰਿਪੋਰਟ ਜਿਹੜੀ ਹੈ ਮੈਂ ਡੀ ਓ ਸਾਹਿਬ ਨੂੰ ਜਾ ਕੇ ਦਊਂਗਾ ਜੀ। ਓਕੇ। ਕਿਤੇ ਹੀ ਨਾਮ ਮੇਰਾ ਅੰਕਲ ਜੀ, ਇੱਥੇ ਤੁਸੀਂ ਜਦੋਂ ਕੀ ਹੋਇਆ ਸਰ? ਇੱਥੇ ਨਾ ਦੋ ਸਕੂਲ ਦੀਆਂ ਬੱਸਾਂ ਜਾ ਰਹੀਆਂ ਸੀ, ਨੋਰਮਲ ਸਪੀਡ ਸੀ, ਕੋਈ ਜ਼ਿਆਦਾ ਸਪੀਡ ਨਹੀਂ ਸੀ, ਅੱਗੇ ਉਹ ਇੱਕ ਛੋਟੀ ਕਾਰ ਓਵਰਟੇਕ ਕਰ ਰਹੀ ਸੀ, ਉਹ ਓਵਰਟੇਕ ਕਰ ਰਹੀ ਉਹ ਬੱਸ, ਉਹਨੂੰ ਬਚਾਉਣ ਲਈ ਉਹਨੇ ਬ੍ਰੇਕ ਮਾਰਤੀ, ਜਿਹੜੀ ਪਿੱਛੇ ਵਾਲੀ ਬੱਸ ਸੀ ਉਹ ਤੋਂ ਬ੍ਰੇਕ ਨਹੀਂ ਵੱਜੀ, ਸਕੂਲ ਦੇ ਬੱਚੇ ਸੀ ਦੋਨਾਂ ਗੱਡੀਆਂ 'ਚ, ਤਾਂ ਉਹ ਆਪਸ 'ਚ ਟਕਰਾ ਗਈਆਂ ਦੋਨੋਂ, ਟਕਰਾਉਣ ਕਾਰਨ ਬੱਸਾਂ ਨੁਕਸਾਨ ਹੋਇਆ, ਬੱਚਿਆਂ ਦਾ ਬਹੁਤ ਬਹੁਤ ਬਚਾਅ ਹੋ ਗਿਆ, ਮਾਮੂਲੀ ਚੋਟਾਂ ਮਾੜੀਆਂ ਮੋਟੀਆਂ ਵੱਜੀਆਂ, ਫਸਟ ਏਡ ਉਹਨੂੰ ਦੇ ਦਿੱਤੀ ਗਈ ਹੈ, ਬਾਕੀ ਜਿਹੜੀ ਬਣਦੀ ਜਾਣਕਾਰੀ ਉਹ ਤੁਹਾਨੂੰ। ਸਰ ਤੁਹਾਨੂੰ ਕਦੋਂ ਪਤਾ ਲੱਗਿਆ ਤਾਂ ਕਿੰਨੀ ਜਲਦੀ ਦੀ ਗੱਡੀ ਲੈ ਕੇ ਪਹੁੰਚ ਗਏ, ਅਤੇ ਕਿੱਥੇ ਖੜ੍ਹੇ ਸੀ, ਅਤੇ ਕਿੱਦਾਂ ਦੀ ਸਹੂਲਤ ਤੁਸੀਂ ਇੱਥੇ ਦਿੱਤੀ ਹੈ, ਅਤੇ ਕੀ ਵਾਰਦਾਤ? ਅਸੀਂ ਜਿਹੜਾ ਹੈਗਾ ਇੱਥੇ ਅਗੰਪੁਰ ਪੁਆਇੰਟ ਦੇ ਲਾਗੇ ਖੜ੍ਹੇ ਸੀਗੇ, ਅਤੇ ਜਿਹੜੀ ਸਾਡੀ ਇਹ ਗੱਡੀ ਹੈਗੀ ਹੈ ਇਹ ਅਗੰਪੁਰ ਤੋਂ ਨੰਗਲ ਡੈਮ ਚੱਲਦੀ ਹੈ ਜੀ। ਅਸੀਂ ਲਗਭਗ 10 ਮਿੰਟ ਜਿੱਥੇ ਪਹੁੰਚ ਗਏ, ਆ ਕੇ ਮੌਕੇ 'ਤੇ ਜੋ ਜਿੰਨੇ ਬੱਚੇ ਸੀਗੇ ਉਹਨਾਂ ਨੂੰ, ਜਿੰਨੇ ਥੋੜ੍ਹੇ ਜਿਨ੍ਹਾਂ ਦੇ ਸੱਟ ਲੱਗੀ ਸੀਗੀ ਉਹਨਾਂ ਨੂੰ ਫਸਟ ਏਡ ਦੇ ਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ, ਅਤੇ ਜਿਹੜੇ ਬਾਕੀ ਹੈਗੇ ਉਹ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਹੋਸਪਿਟਲਾਂ 'ਚ ਭੇਜਿਆ ਗਿਆ। ਕਰਮਚਾਰੀ ਸਾਡੇ ਇੱਕ ਗੱਡੀ ਦੇ ਨਾਲ 3 ਹੈ, ਇੱਕ ਲੇਡੀ ਕਾਂਸਟੇਬਲ ਹੈ ਅਤੇ 2 ਮੁੰਡੇ ਨੇ। ਫਸਟ ਏਡ ਦਿੱਤੀ ਗਈ ਤੁਹਾਡੇ? ਬਿਲਕੁਲ 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 ਬੱਚੇ ਨੇ। ਹਾਂਜੀ 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 ਠੀਕ। ਨਾਮ ਨਾਮ